ਹੈਲੋ ਦੋਸਤੋ ਜੀ ਸਵਾਗਤ ਹੈ ਤੁਹਾਡਾ YouTube ਚੈਨਲ MD আলম ਤੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਡੇਟ ਸ਼ੀਟ ਆਊਟ ਹੋ ਚੁੱਕਾ ਹੈ ਤੇ ਆਓ ਇਸ ਡੇਟ ਸ਼ੀਟ ਨੂੰ ਪੜੀਏ ਇਹ ਡੇਟ ਸ਼ੀਟ ਹੈ ਜੀ 12ਵੀਂ ਕਲਾਸ ਲਈ 12ਵੀਂ ਕਲਾਸ ਲਈ ਇਸ ਡੇਟ ਸ਼ੀਟ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਲਿਖਿਆ ਹੈ ਸਭ ਤੋਂ ਉੱਪਰ 12ਵੇਂ ਕਲਾਸ ਮਾਰਚ 2021 ਦੀ ਸਲਾਨਾ ਪ੍ਰੀਖਿਆ ਸਮੇਤ ਓਪਨ ਸ਼ਾਮ ਦੇ ਸੈਸ਼ਨ ਵਿੱਚ ਔਰ ਸ਼ਾਮ ਦਾ ਜਿਹੜਾ ਸੈਸ਼ਨ ਹੈ ਇਹ ਹੋਏਗਾ 3 ਘੰਟੇ ਦਾ ਲਿਖਤੀ ਪ੍ਰੀਖਿਆ ਲਈ ਔਰ ਰਾਈਟ ਔਰ ਜਿਹੜਾ ਐਨ ਐਸ ਕਿਊ ਐਫ ਦਾ ਪੇਪਰ ਜਿਹੜਾ ਹੋਏਗਾ ਉਹ 2 ਘੰਟੇ ਦਾ ਹੋਏਗਾ ਔਰ ਪ੍ਰੀਖਿਆਰਥੀਆਂ ਨੂੰ ਓ ਐਮ ਆਰ ਸ਼ੀਟ ਭਰਨ ਲਈ 15 ਮਿੰਟ ਵਾਧੂ ਦਿੱਤੇ ਜਾਣਗੇ ਤੇ ਪ੍ਰੀਖਿਆ ਪ੍ਰੀਖਿਆ ਦਾ ਜਿਹੜਾ ਸਮਾਂ ਹੋਏਗਾ ਉਹ 2 ਵਜੇ ਤੋਂ ਲੈ ਕੇ 5:15 ਮਿੰਟ ਤੱਕ ਹੋਏਗਾ ਜਿਵੇਂ ਕਿ ਇੱਥੇ ਮੈਂਸ਼ਨ ਹੈ 2 ਵਜੇ ਤੋਂ ਲੈ ਕੇ 5:15 ਮਿੰਟ ਤੱਕ ਉਸ ਤੋਂ ਬਾਅਦ ਵਿਲੱਖਣ ਸਮਰੱਥਾ ਵਾਲੇ ਜਿਵੇਂ ਕਿ ਹੈਰਿੰਗ ਇੰਪੇਅਰਡ ਹੈ ਇੰਟੈਲੈਕਚੁਅਲੀ ਡਿਸੇਬਿਲਟੀ ਹੈ ਵਿਜੂਅਲੀ ਇੰਪੇਅਰਡ ਹੈ ਆਸਟਿਨ ਸਪੈਕਟਰਮ ਡਿਸਆਰਡਰ ਹੈ ਯਾਨੀ ਕਿ ਜਿਹੜੇ ਵਿਲੱਖਣ ਸਮਰੱਥਾ ਵਾਲੇ ਹੈ ਇਹ ਮਲਟੀਪਲ ਡਿਸਆਰਡਰ ਵਗੈਰਾ ਹੋ ਗਿਆ ਤੇ ਉਹਨਾਂ ਨੂੰ ਵੱਖਰਾ ਪ੍ਰਸ਼ਨ ਪੱਤਰ ਦਿੱਤਾ ਜਾਏਗਾ ਤੇ ਵਿਲੱਖਣ ਸਮਰਥਾ ਵਾਲੇ ਸਾਰੇ ਪ੍ਰਖਿਆਰਤਿਆਂ ਨੂੰ ਪੇਪਰ ਹੱਲ ਕਰਨ ਲਈ ਹਰੇਕ 1 ਘੰਟੇ ਪਿੱਛੋਂ 20 ਮਿੰਟ ਦਾ ਵਾਧੂ ਸਮਾਂ ਵੀ ਦਿੱਤਾ ਜਾਏਗਾ ਅਤੇ ਲੋੜ ਅਨੁਸਾਰ ਅਜੇ ਵਿਦਿਆਰਥੀਆਂ ਨੂੰ ਲਿਖਾਰੀ ਯਾਨੀ ਕਿ ਸਕ੍ਰਾਈਬ ਦੀ ਸੁਵਿਧਾ ਵੀ ਉਪਲਬਧ ਕਰਾਈ ਜਾਏਗੀ ਤੇ ਸਭ ਤੋਂ ਮਹੱਤਵਪੂਰਨ ਗੱਲ ਜਿਹੜੀ ਇੱਥੇ ਯਾਦ ਰੱਖਣ ਵਾਲੀ ਹੈ ਉਹ ਹੈ ਕਿ ਕੋਵਿਡ 19 ਜਿਹੜਾ ਹੈ ਉਸ ਦੇ ਰੂਲਾਂ ਨੂੰ ਉਸ ਦੇ ਨਿਯਮਾਂ ਨੂੰ ਦਨ ਵਿੱਚ ਰੱਖਿਆ ਜਾਵੇਗਾ ਯਾਨੀ ਕਿ ਸੈਨੀਟਾਈਜੇਸ਼ਨ ਦੀ ਸੈਨੀਟਾਈਜ਼ਰ ਦੀ اور ਮਾਸਕ वगैरह ਸਾਰੇ ਨੂੰ ਲੈ ਕੇ ਆਣੇ ਪੈਣੇ ਜਾਂ ਫਿਰ ਪ੍ਰੋਪਰ ਸੈਨੀਟਾਈਜ਼ ਕਰਨ ਤੋਂ ਬਾਅਦ ਹੀ ਕਲਾਸਰੂਮ ਦੇ ਵਿੱਚ ਜਾਣ ਦਿੱਤਾ ਜਾਏਗਾ ਔਰ ਪ੍ਰੋਪਰ ਡਿਸਟੈਂਸ ਦੇ ਉੱਤੇ ਸਾਰੇ ਹੀ ਵਿਦਿਆਰਥੀਆਂ ਨੂੰ ਬਿਠਾਇਆ ਜਾਏਗਾ ਚਲੋ ਹੁਣ ਗੱਲ ਕਰਦੇ ਹਾਂ ਗੱਲ ਕਰਦੇ ਆਪਾਂ ਪੇਪਰ ਦੀ ਤੇ ਡੇਟ ਦੀ ਇਹ ਮਿਤੀ ਤੇ ਦਿਨ ਵਾਲਾ ਕਾਲਮ ਹੈ ਇਹ ਹਿਊਮਨਿਟੀਜ਼ ਗਰੁੱਪ ਦਾ ਕਾਲਮ ਹੈ ਇਹ ਸਾਇੰਸ ਗਰੁੱਪ ਦਾ ਇਹ ਕਮਰਸ ਗਰੁੱਪ ਦਾ ਇਹ ਐਗਰੀਕਲਚਰ ਗਰੁੱਪ ਦਾ ਕਾਲਮ ਹੈ ਤੇ ਅਕੋਰਡਿੰਗਲੀ ਹੀ ਦੇਖਦੇ ਆ ਕਿ ਸਭ ਤੋਂ ਪਹਿਲਾ ਪੇਪਰ ਜਿਹੜਾ ਹੈ ਸੋਮਵਾਰ ਨੂੰ ਹੈ 22 ਮਾਰਚ ਨੂੰ ਯਾਦ ਰੱਖਿਓ ਕਿ 12ਵੀਂ ਦੀ ਪ੍ਰਖਿਆ 22 ਮਾਰਚ ਤੋਂ ਸ਼ੁਰੂ ਹੈ ਜਨਰਲ ਪੰਜਾਬੀ ਦਾ ਪੇਪਰ ਹੈ ਪਹਿਲਾ ਤੇ ਪੰਜਾਬ ਐਂਡ ਹਿਸਟਰੀ ਐਂਡ ਕਲਚਰ ਦਾ ਤੇ ਇਹ ਸਾਰੇ ਹੀ ਗਰੁੱਪਾਂ ਲਈ ਸੇਮ ਹੁੰਦਾ ਹੈ ਜਨਰਲ ਪੰਜਾਬੀ ਪੰਜਾਬ ਹਿਸਟਰੀ ਐਂਡ ਕਲਚਰ ਜਨਰਲ ਪੰਜਾਬੀ ਪੰਜਾਬ ਹਿਸਟਰੀ ਐਂਡ ਕਲਚਰ ਜਨਰਲ ਪੰਜਾਬੀ ਪੰਜਾਬ ਹਿਸਟਰੀ ਐਂਡ ਕਲਚਰ ਸਾਰੇ ਗਰੁੱਪਾਂ ਲਈ ਸੇਮ ਹੋਏਗਾ ਇਹ 22 ਨੂੰ ਪੇਪਰ ਹੈ ਤੇ ਅਗਰ 23 ਦੇ ਪੇਪਰ ਦੀ ਗੱਲ ਕਰਦੇ ਤਾਂ 23 ਦਾ ਦਿਨ ਜਿਹੜਾ ਹੈ ਮੰਗਲਵਾਰ ਹੈ ਇਸ ਦਿਨ ਪੇਪਰ ਹੋਏਗਾ ਸੰਸਕ੍ਰਿਤ ਦਾ ਬਿਜ਼ਨਸ ਆਰਗਨਾਈਜੇਸ਼ਨ ਐਂਡ ਮੈਨੇਜਮੈਂਟ ਦਾ ਕੇਵਲ ਕੰਪਾਰਟਮੈਂਟ ਲਈ ਅਤੇ ਗੁਰਮਤ ਸੰਗੀਤ ਸਾਈਕੋਲੋਜੀ 뮤זיਕ ਵੋਕਲ ਦਾ ਪੇਪਰ ਹੋਏਗਾ ਇਸ ਦਿਨ ਅੱਗੇ ਵਧਦੇ ਆ 24 ਤਰੀਕ ਨੂੰ ਦਿਨ ਬੁੱਧਵਾਰ ਹੈ ਇਸ ਦਿਨ ਜਿਹੜਾ ਪੇਪਰ ਹੋਏਗਾ ਉਹ ਹੈ ਫਿਲਾਸਫੀ ਬੁੱਕ ਕੀਪਿੰਗ ਐਂਡ ਅਕਾਊਂਟੈਂਸੀ ਕੇਵਲ ਕੰਪਾਰਟਮੈਂਟ ਲਈ ਫਿਰ ਉਸ ਤੋਂ ਬਾਅਦ ਹੈ ਐਜੂਕੇਸ਼ਨ ਜਿਓਮੈਟ੍ਰੀਕਲ ਪ੍ਰੋਸਪੈਕਟਿਵ ਐਂਡ ਆਰਕੀਟੈਕਚਰਲ ਡਰਾਇੰਗ ਦਾ ਪੇਪਰ ਹੈ ਹਿਸਟਰੀ ਐਂਡ ਐਪਰੀਸ਼ੀਏਸ਼ਨ ਆਫ ਆਰਟਸ ਦਾ ਪੇਪਰ ਹੈ 24 ਤਰੀਕ ਨੂੰ ਇਸ ਦਿਨ ਕੰਪਾਰਟਮੈਂਟ ਵਾਲੇ ਬੱਚਿਆਂ ਦਾ ਵੀ ਪੇਪਰ ਹੈ ਦੈਨ 25 ਨੂੰ ਜਨਰਲ ਅੰਗਰੇਜ਼ੀ ਦਾ ਪੇਪਰ ਹੈ ਇਹ ਸਾਰੇ ਹੀ ਗਰੁੱਪਾਂ ਲਈ ਆਰਟਸ ਹਿਮਨਿਟੀਜ਼ ਕਮਰਸ ਸਾਇੰਸ ਸਭ ਲਈ ਸੇਮ ਹੋਏਗਾ ਉਸ ਤੋਂ ਬਾਅਦ ਫਿਰ ਛੁੱਟੀ ਹੈ ਤੇ 30 ਤਰੀਕ ਨੂੰ ਦਨ ਮੰਗਲਵਾਰ ਹੈ 33 2021 ਨੂੰ ਉਸ ਦਿਨ ਪੇਪਰ ਹੈ ਪਬਲਿਕ ਐਡਮਿਨਿਸਟ੍ਰੇਸ਼ਨ ਦਾ ਰਿਲੀਜਨ ਦਾ 뮤ઝ মিউজিক ਇਨਸਟਰੂਮੈਂਟਲ ਦਾ ਅਰਬੀ ਦਾ ਫ੍ਰੈਂਚ ਜਰਮਨ ਰੂਰਲ ਡਿਵੈਲਪਮੈਂਟ ਐਂਡ ਇਨਵੈਸਟਮੈਂਟ ਦਾ ਇਨਵਾਇਰਨਮੈਂਟ ਦਾ ਸੌਰੀ ਰੂਰਲ ਡਿਵੈਲਪਮੈਂਟ ਐਂਡ এনਵਾਇਰਨਮੈਂਟ ਐਂਡ মিডিਆ ਸਟੱਡੀਜ਼ ਦਾ ਇਸ ਦਿਨ ਪੇਪਰ ਹੈ ਬਾਇਓਲੋਜੀ ਦਾ ਅਕਾਊਂਟੈਂਸੀ 2 ਦਾ ਤੇ ਮੀਡੀਆ ਸਟੱਡੀਜ਼ ਦਾ ਰੂਰਲ ਡਵੈਲਪਮੈਂਟ ਐਂਡ এনਵਾਇਰਨਮੈਂਟ ਦਾ ਫਿਰ 31 ਮਾਰਚ ਨੂੰ ਪੰਜਾਬੀ ਚੋਣਵੀਂ ਯਾਨੀ ਕਿ অপਸ਼ਨ ਪੰਜਾਬੀ ਇਲੈਕਟਿਵ ਪੰਜਾਬੀ ਦਾ ਪੇਪਰ ਹੈ ਹਿੰਦੀ ਚੋਣਵੀਂ ਦਾ ਅੰਗਰੇਜ਼ੀ ਚੋਣਵੀਂ ਦਾ ਤੇ ਉਰਦੂ ਦਾ ਹੁਣ ਅਪ੍ਰੈਲ 1 ਨੂੰ ਪੇਪਰ ਜਿਹੜਾ ਹੋਏਗਾ ਉਹ ਹੈ ਵੀਰਵਾਰ ਅਪ੍ਰੈਲ 1 1 4 2021 ਨੂੰ ਐਨ ਐਸ ਕਿਊ ਐਫ ਵਿਸ਼ੇ ਦਾ ਹੈ ਉਸ ਤੋਂ ਬਾਅਦ ਹੈ ਪਰਚੂਨ automobile ਸਿਹਤ ਸੰਭਾਲ ਸੂਚਨਾ ਟੈਕਨਾਲੋਜੀ ਸੁਰੱਖਿਆ ਖੂਬਸੂਰਤੀ ਤੇ ਤੰਦਰੁਸਤੀ ਯਾਤਰਾ ਅਤੇ ਸੈਰਸਪਾਟਾ ਸਰੀਰਿਕ ਸਿੱਖਿਆ ਅਤੇ ਖੇਡਾਂ ਖੇਤੀਬਾੜੀ ਐਨ ਐਸ ਕਿਊ ਐਫ ਇਹ ਹੈ ਇੱਕ ਤਰੀਕ ਨੂੰ 3 ਅਪ੍ਰੈਲ ਨੂੰ ਪੇਪਰ ਹੈ ਤੁਹਾਡਾ 3 ਅਪ੍ਰੈਲ 2021 ਨੂੰ ਹਿਸਟਰੀ ਦਾ కెਮਿਸਟਰੀ ਦਾ ਬਿਜ਼ਨਸ ਇਕਨੋਮਿਕਸ ਐਂਡ ਕੰਟੈਂਟ ਕੁਆਂਟੀਟੇਟਿਵ ਮੈਥਡਸ 2 ਦਾ तो केवल कंपार्टमेंटली यह है क्वॉंटेटिव मेथड एंड कैमस्ट्री का उस चार दो हज़ार स्वागत जिंदगी का पेपर है तो सारे का ही स्वागत जिंदगी पेपर सारे ग्रुपां का उस छः चार दो हज़ार एकप्यूटर एप्लीकेशन कंप्यूटर एप्लीकेशन कंप्यूटर एप्लीकेशन कंप्यू सार्ड का ही कंप्यूटर एप्लीकेशन का है और सत्त चार दो हज़ार एक बुधवार को वातावरण सिक्ख्या वातावरण सिक्ख्या सारे का ही वातावरण सिक्ख्या है और अठ चार दो हज़ार इक्की फिजिकल एजुकेशन एंड स्पोर्ट्स का पेपर है 9 4 2021 ਨੂੰ ਹੋਮ ਸਾਇੰਸ ਤੇ ਹੋਮ ਸਾਇੰਸ ਦਾ ਪੇਪਰ ਜਿਹਨਾਂ ਦਾ ਵੀ ਹੋਮ ਸਾਇੰਸ ਦਾ ਹੋਏਗਾ ਉਸ ਤੋਂ ਬਾਅਦ ਅੱਗੇ ਹੈ 12 4 ਨੂੰ ਰਾਜਨੀਤਿਕ ਸ਼ਾਸਤਰ ਫਿਜ਼ਿਕਸ ਬਿਜ਼ਨਸ ਸਟੱਡੀਜ਼ 2 ਫਿਰ ਫਿਜ਼ਿਕਸ ਉਸ ਤੋਂ ਬਾਅਦ 15 ਨੂੰ ਗਣਿਤ ਦਾ ਹੈ ਗਣਿਤ 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 ਸਾਰੇ ਵਿਸ਼ਾ ਗਰੁੱਪ ਦਾ ਗਣਿਤ ਦਾ ਪੇਪਰ ਹੈ 16 ਨੂੰ 뮤ਜ਼ਿਕ তবਲਾ ਹੈ ਤੇ ਫੰਡamentals ਆਫ ای بزنس ਜਿੰਦਾ پیپر ਹੋਏਗਾ ਉਸ ਤੋਂ ਬਾਅਦ ਹੈ 17 4 2021 ਨੂੰ ਸੈਨੇਚਰ ਵਾਰਡ ਦਿੰਨਾ ਹੈ ਕੰਪਿਊਟਰ ਸਾਇنس ਕੰਪਿਊਟਰ ਸਾਇنس ਕੰਪਿਊਟਰ ਸਾਇنس ਸਾਰੇ ਗਰੁੱਪ ਦਾ ਕੰਪਿਊਟਰ ਸਾਇنس ਦਾ ਹੈ 19 4 2021 ਨੂੰ ਇਕਨੋਮਿਕਸ ਦਾ ਹੈ ਸਾਰੇ ਗਰੁੱਪ ਦਾ ਇਕਨੋਮਿਕਸ ਦਾ ਹੈ ਜਿਨ੍ਹਾਂ ਨੇ ਇਕਨੋਮਿਕਸ ਦਾ ਪੇਪਰ ਦੇਣਾ ਹੈ ਉਹ ਬੱਚੇ ਇਸ ਡੇਟ ਨੂੰ ਨੋਟ ਕਰਨ ਉਸ ਤੋਂ ਬਾਅਦ ਹੈ 22 4 2021 ਨੂੰ ਜੀਓਗ੍ਰਾਫੀ 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 ਸਾਰੇ ਗਰੁੱਪਾਂ ਲਈ ਹੀ ਜਿਹੜੇ ਵੀ ਬੱਚੇ ਰਖਦੇ ਹੈ ਪੇਪਰ ਉਸ ਤੋਂ ਬਾਅਦ ਸ਼ੁੱਕਰਵਾਰ ਨੂੰ ਹੈ ਨੈਸ਼ਨਲ ਕੈਡਟ ਕਾਪਸ ਦਾ ਪੇਪਰ ਨੈਸ਼ਨਲ ਕੈਡਟ ਕਾਪਸ ਨੈਸ਼ਨਲ ਕੈਡਟ ਕਾਪਸ ਜਨਰਲ ਰਿਵਿਊ ਨੈਸ਼ਨਲ ਇਹ ਰੱਖਿਆ ਹੈ ਉਸ ਤੋਂ ਬਾਅਦ 26 ਨੂੰ ਹੈ ਸੋਸ਼ੀਆਲ ਜੀ ਦਾ ਤੇ 27 ਨੂੰ ਹੈ ਡਾਂਸ ਡਿਫੈਂਸ ਸਟੱਡੀਜ਼ ਐਗਰੀਕਲਚਰ 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 ਦਾ ਪੇਪਰ ਹੈ ਇਹ ਸੀਗਾ 12ਵੇਂ ਦੇ ਬੱਚਿਆਂ ਲਈ ਡੇਟ ਸ਼ੀਟ ਔਰ ਉਸ ਤੋਂ ਬਾਅਦ ਹੈ 12ਵੇਂ ਦੇ ਵੋਕੇਸ਼ਨਲ ਦੇ ਵਿਦਿਆਰਥੀਆਂ ਲਈ ਉਹ ਵੀਡੀਓ ਮੈਂ ਅਲੱਗ ਤੋਂ ਬਣਾਵਾਂਗਾ ਤੇ ਉਮੀਦ ਹੈ ਕਿ ਤੁਸੀਂ ਸਾਰੇ ਵੀਡੀਓ ਸਾਰੇ ਇਹਨਾਂ ਸਬਜੈਕਟਸ ਨੂੰ ਡੇਟਸ ਨੂੰ ਜਿਹੜਾ ਜਿਹੜਾ ਤੁਹਾਡਾ ਹੈ ਤੁਸੀਂ ਨੋਟ ਕਰ ਲਿਆ ਹੈ ਤੇ ਅਕੋਰਡਿੰਗਲੀ ਹੀ ਤੁਸੀਂ ਇਸ ਦੀ ਤਿਆਰੀ ਕਰੋਗੇ ਤਿਆਰੀ ਤੇ ਵੀ ਮੈਂ ਵੀਡੀਓ ਜ਼ਰੂਰ ਲੈ ਕੇ ਆਵਾਂਗਾ ਥੈਂਕ ਯੂ ਗੋਡ ਬlesਸ ਯੂ ਟੇਕ ਕੇਅਰ ਬਾਏ ਬਾਏ